ओ मैं गबरू शेर पंजाब दा। ओ मैं गबरू शेर पंजाब दा। मैनू जग सारा है जानदा। मैं गबरू शेर पंजाब दा। मैनू जग सारा है जानदा। मैं गबरू शेर पंजाब दा। मैनू जग सारा है जानदा। ओ मेरा नया दुनिया मन दी मेरा खा पुनिया शुरू कर इधर पिस्ती है जो भी है डरी हुई है क्योंकि सारे कुत्ते एक बार इकट्ठे पै गए बेचारी सीधी वजह दसो ना पैक तो गए पुरजे की वजह तो पे जनाब कुत्ती हीट जाई हुई है पिछले सर्दियों की रात मैं ड्यूटी तो वापस आ रहा जिस तरह तलान भाई तुम्हें पता है जी जी मैंने रास्ते मिले जख्मी हालत गड्डी गुड्डी मार गई थी इधरली साइड मैं दिखाना है हजे भी वाल वूल खरिंड खरुंड ठीक हो रही है स्किन सारी बहुत ज्यादा जख्मी हो गई थी थले छड़ देखी नहीं स्किन सारी ओदी वजह से हाल ना फिर इन असी मतलब ट्रीटमेंट किया सर्दियों के मैं मोटरसाइकिल से अपनी जैकेट लपेट के लै आया माशाला राखी शाखी चंगी कर दी उन्हें हीट से आ गई है एक्टिव भी बहुत बहुत ज्यादा एक्टिव है ये हुन थोड़ी जी जानवर की वजह से हुई है नर्वस हुई खुली छड़ी दे नसे थले दौड़ गई नीचे चले जाती है ਉਹਦੀ ਵਜ੍ਹਾ ਇਹ ਹੈ ਕਿ ਇਹ ਜਾਨਵਰ ਮਾਸ਼ਾਅੱਲਾ ਤਿੰਨ ਮੇਲ ਲੈ ਕੇ ਇਕੱਲੀ ਫੀਮੇਲ ਰਜ਼ੀਆ ਗੁੱਡੋ ਵਿੱਚ ਫਸ ਗਈ ਰਜ਼ੀਆ ਗੁੱਡੋ ਵਿੱਚ ਫਸ ਗਈ ਸਹੀ ਹੈ ਜੀ ਤੇ ਉਹ ਜ਼ਾਰੀ ਥੋੜੀ ਨਰਵਸ ਹੋਈ ਹੈ ਬਾਕੀ ਅਸਲਾਨ ਭਾਈ ਤੁਹਾਨੂੰ ਦੱਸਣਗੇ ਹੁਣ ਇਹ ਮੋਤੀ ਏਕਤਾ ਸਿਰ ਤੇ ਚੜਿਆ ਚੱਲ ਪੜੇ ਹੋ ਜਾ ਭੋਲਾ 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 ਚੱਲ ਭੋਲੇ ਭੋਲਾ ਬਾਬਾ ਜੀ ਆਸ਼ਕ ਹੋ ਗਿਆ ਜਿੰਦਾ ਚੱਲ ਭੋਲੇ ਮੈਂ ਕਹਿੰਦਾ ਖੜੀ ਕਰਕੇ ਇੱਕ ਦਫਾ ਦਿਖਾਓ ਯਾਰ ਜ਼ਰਾ ਇਹਨੂੰ ਹੁਣ ਮੈਂ ਨਾ ਬੈਦ ਬਾਈ ਤੁਸੀਂ ਆਪਣਾ ਨਾ ਯਾਰ ਭੋਲਾ ਨਹੀਂ ਖੜਾ ਹੋਣ ਦੇ ਰਿਹਾ ਇਹਨੂੰ ਤੁਸੀਂ ਖੜੇ ਹੋਵੋ ਤੇ ਮੈਂ ਜ਼ਰਾ ਕੈਮਰਾ ਆਪਰੇਟ ਕਰਾਂ ਠੀਕ ਆ ਕੈਮਰਾ ਸਟੈਂਡ ਤੋਂ ਲਾਈਏ ਉਹ ਭੋਲੇ ਉਹਦੇ ਭੋਲੇ ਲੱਤ 'ਚ ਫਸ ਗਈ ਇਹ ਭੋਲਾ ਮੇਰੀ ਲੱਤ ਨੂੰ ਸੁਬੜਿਆ ਇਹਨੂੰ ਜੀ ਬੈਦ ਬਾਈ ਅਤੇ ਬੈਦ ਬਾਈ ਆਪਣਾ ਭੋਲਾ ਵੇਖੋ ਜਿਹਨੇ ਮਗਰ ਪਿਆ ਹੋਇਆ ਠੀਕ ਹੈ ਨੀਚੇ ਛੋੜੋ ਹੁਣ ਜ਼ਰਾ ਜਾਣ ਦਿਓ ਉਹਨੂੰ ਥੱਲੇ ਕਿਤੇ ਖੁੱਲੀ ਛੱਡ ਕੇ ਦੋਸਤਾਂ ਨੂੰ ਦਿਖਾ ਦਈਏ ਜਾਣ ਦਿਓ ਥੱਲੇ ਭੋਲਾ ਜਾਣ ਦੇਵੇ ਤਾਂ ਅਸੀਂ ਭੋਲਾ ਜੀ ਛੱਡ ਦਿਓ ਹਟ ਜਾ ਛੱਡ ਦੇ ਸਾਡੀ ਵੀਡੀਓ ਦਾ ਮਾਹੌਲ ਨਾ ਖਰਾਬ ਕਰ ਉਹ ਨੱਸ ਗਈ ਜੇ ਥੱਲੇ ਤਾਂ ਭੋਲਾ ਹੋਣੀ ਉਹ ਭੋਲਾ ਨਾ ਵਾਪਸ ਚੱਲੇ ਜੇ ਭੋਲੇ ਵਾਪਸ ਚੱਲੇ ਨੀਚੇ ਭੋਲਾ ਦੋਸਤੋ ਆਸ਼ਕ ਹੋਇਆ ਫਿਰਦਾ ਜੇ ਇਹ ਮੋਤੀ ਭੋਲਾ ਅਤੇ ਸਵੀਟੀ ਬਾਲੂ ਐਂਡ ਐਨਦਰ ਸਵੀਟੀ ਅਤੇ ਬੈਦ ਬਾਈ ਮਜ਼ਾ ਆਇਆ ਇਹਦੀ ਵੀਡੀਓ ਬਣਾਉਣਾ ਤੁਹਾਨੂੰ ਦੱਸੋ ਮਾਸ਼ਾਅੱਲਾ ਜੀ ਬਹੁਤ ਮਜ਼ਾ ਆਇਆ ਨਾਲੇ ਇੱਕ ਬਰੀਡ ਤੁਹਾਨੂੰ ਦਿਖਾਈ ਘਰ ਦੀ ਇਹ ਇਨਸ਼ਾਅੱਲਾ ਇੱਥੇ ਰਹਿਣਗੇ ਜਾਨਵਰ ਸਾਡੇ ਕੋਲ ਬਰੀਡ ਵੀ ਹੋਏਗੀ ਉਸ ਜੁੱਤੀ ਕੋਲ ਵੀ ਇਨਸ਼ਾਅੱਲਾ ਬੱਚੇ ਲੈ ਰਹੇ ਅਸੀਂ ਕੋਈ ਦੋਸਤ ਅਗਰ ਉਮੀਦਵਾਰ ਹੋਵੇ ਤਾਂ ਰਾਬਤਾ ਕਰ ਸਕਦਾ ਡਾਕਟਰ ਸਾਹਿਬ ਨਾਲ ਐਡਵਾਂਸ ਬੁਕਿੰਗ ਵੀ ਕਰਵਾ ਸਕਦਾ ਹੋਲ ਤੇ ਇਨਸ਼ਾਅੱਲਾ ਹੁਣ ਆਪਣੇ ਘਰ ਚ ਆਪਣੇ ਘਰ ਚ ਦਾ ਉਹ ਦੇਖੋ ਭੋਲਾ ਵੇਖੋ ਭੋਲੇ ਵਾਪਿਸ ਆ ਇੱਧਰ ਵਾਪਿਸ ਆ ਇਹ ਚੱਲਾ ਸੀ ਭੋਲਾ ਨੀਚੇ ਘਰ ਦੇ ਵਿੱਚ ਨੇ ਦੇਖ ਅਰਸਲਾਨ ਭਾਈ ਨੇ ਸ਼ਾਇਦ ਤੁਹਾਨੂੰ ਪਹਿਲੀ ਵੀਡੀਓ ਦਿਖਾਇਆ ਹੋਵੇ ਮੇਰੀ ਬੇਟੀ ਦੇ ਨਾਲ ਖੇਲਣ ਦੇ ਸੀ ਤੇ ਬੱਚੇ ਬੜੇ ਫਰੈਂਡਲੀ ਨੇ ਖੂਬਸੂਰਤ ਮਾਹੌਲ ਦੇ ਵਿੱਚ ਰਹਿੰਦੇ ਨੇ ਦੋਸਤਾਂ ਦੇ ਬੱਚਿਆਂ ਦੇ ਮਾਹੌਲ 'ਚ ਰਹਿੰਦੇ ਨੇ ਸਕਿਉਰਟੀ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਐਕਟਿਵ ਨੇ ਲਾਡੀਆਂ ਕਰਦੇ ਨੇ ਦੇਖ ਲਓ ਕਿਸ ਤਰ੍ਹਾਂ ਮੇਰੇ ਨਾਲ ਜੁੜ ਕੇ ਬੈਠਾ ਹੋਇਆ ਇਹ ਭਾਲੂ ਹੈ ਨਾ ਹਾਂਜੀ ਬੈਦ ਬਾਈ ਮੈਂ ਤਾਂ ਕਹਿੰਦਾ ਇੱਕ ਦਫਾ ਸਾਰਿਆਂ ਦਾ ਨਾਮ ਲੈ ਕੇ ਆਵਾਜ਼ ਦਿਓ ਸਾਰੇ ਤੁਹਾਡੇ ਕੋਲ ਇਕੱਠੇ ਹੋ ਜਾਂਦੇ ਵੀਡੀਓ ਦਾ ਅਖਤਤਾਮ ਕਰੀਏ ਦੋਸਤੋ ਫਿਰ ਭੋਲਾ ਹੇ ਭੋਲਾ ਮੋਤੀ ਨੂੰ ਆਵਾਜ਼ ਦਿਓ ਮੋਤੀ ਮੋਤੀ ਤੇਰਾ ਹੈ ਮੋਤੀ 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 ਮੈਨੂੰ ਲੱਗਦਾ ਕੁੱਤੀ ਦਾ ਪਿਸ਼ਾਬ ਕੀਤਾ ਹੋਇਆ ਸਮੈਲ ਲੈ ਰਿਹਾ ਸਵੀਟੀ ਨੂੰ ਆਵਾਜ਼ ਦਿਓ ਤੇਰਾ ਮੇਰੇ ਕੋਲ ਆਉਂਦੇ ਤੇਰੇ ਕੋਲ ਨਹੀਂ ਜਾਂਦੇ ਹੈਗੇ ਮੇਰਾ ਤਾਂ ਮਨੂਸ ਹੋ ਗਿਆ ਦੇਖੋ दोस्तो आ साडा छोटा जिहा शौक दोवां वीरां ने मिल के शौक शुरू किया जी इंशाल्लाह ताला अस ब्रीड ते काम कर रहे हैं ते दुआ करियो अल्लाह ताला सानू कामयाब करे आमीन ते असीं इहनूं ब्रीड करवाईए साडे कोल बच्चे होण असीं जशन मनाईए देगा वंडीए साडे कोल कुत्तियां नहीं सौंदियां जिहड़ी कुत्ती कराउंदे खाली हुण असीं प्रॉपर सैटअप बनाया पहले मेल अपने लए ने फिर असीं काम शुरू कीता क्योंकि दोस्तों सब तो औखा काम जिहड़ा शौक दे विच हैगा ना उह कुत्ती क्रास करना सानूं ते बहुत लंबे लंबे सफर तय बड़े सर्दियां दे विच धुंदां च सर्दियां च वी गर्मियां च वी बारिश तक च वी असीं गए होए आं ਫਿਰ ਕੁੱਤੀ ਨਾਲ ਸੂਬੇ ਤੇ ਬੜਾ ਬੰਦਾ ਡਿਸਾੜ ਜਾਂਦਾ ਵਾ ਦੀਦੀ ਰਾਤ ਅਗਲੇ ਬੰਦਿਆਂ ਦੇ ਗੇੜੇ ਇੱਥੇ ਤੱਕ ਕਿ ਇੱਕ ਦਫਾ ਬੈਦ ਭਾਈ ਦਾ ਫੰਕਸ਼ਨ ਸੀਗਾ ਸ਼ਾਦੀ ਦਾ ਬੈਦ ਭਾਈ ਨੂੰ ਤਾਂ ਟਰੋਜ਼ਰ ਪਾਇਆ ਸ਼ਰਟ ਪਾਇਆ ਸੀ ਲੈਬਰੇ ਫੰਕਸ਼ਨ ਵੀ ਬੜਾ ਕਰੀਬੀ ਦੋਸਤ ਦੀ ਸ਼ਾਦੀ ਸੀ ਲੈਬਰੇ ਕੁੱਤੀ ਕ੍ਰਾਸ ਕਰਾਣੀ ਸੀ ਗੁਲਾਮਾਬਾਦ ਬਾਰੇ ਚ ਕੁੱਤੀ ਕ੍ਰਾਸ ਕਰਵਾ ਰਿਹਾ ਮੈਂ ਕੁੱਤੀ ਕ੍ਰਾਸ ਕਰਾ ਰਿਹਾ ਬੈਦ ਸਾਹਿਬ ਨੇ ਟਰੋਜ਼ਰ ਉੱਥੇ ਉਤਾਰਿਆ ਜੀ ਥੱਲੋਂ ਕੱਪੜੇ ਪਾਏ ਸੀ ਫੰਕਸ਼ਨ ਖਾਧਾ ਰੋਟੀ ਖਾਧੀ ਹੈ ਫਿਰ ਵਾਪਸ ਉੱਥੇ ਬਾਹਰ ਜੋ ਹੈ ਸੀ ਕੁੱਤੀ ਚੱਕੀ ਤੇ ਅਸੀਂ ਵਾਪਸ ਆਏ
सब तो औखा काम जिहड़ा है दोस्तों जिहड़ा है ना कुत्ती क्रॉस करवाना वा ते असीं इस करके ना कहा कि पहले मेल लईए फिर फीमेल नाल इकट्ठियां करिए अपनी ब्रीड कराइए बिल्कुल और सब तो ज़्यादा तसली जिहड़ी होवे कि तुहानूं पेरेंट्स मौके ते दिखाइए बाप दिखाइए मां दिखाइए जिंदा दिल मने लै जावे जिंदा दिल मने ना लवे जिंदा दिल मने मंगवा लवे ना मंगे ना सही कम से कम चीज़ च कोई फर्क ना आवे लोगों के मिक्स चीज़ आ जांदियां ने जिहड़ी चीज़ होएगी तुहानूं असीं दस के उस चीज़ के पैसे लैने आ इमानदारी नाल असीं काम करना दोस्तों दुआ करियो दुआवां च याद रखियो सब तो बहुत ही जरूरी है बिल्कुल तुहाडियां मुहब्बतां तुहाडियां स्पोर्ट्स नवा चैनल भी स्टार्ट जिहड़ा कीता जे बैस साहब उहदा भी दस दईए थोड़ा जिहा अरसलान भाई फैसलाबाद जी ना थोड़ा अपना नवा वीलॉग चैनल स्टार्ट किया दोस्तों लिंक डिस्क्रिप्शन मिल जाएगा तुहानूं उहदा तो जिस तरह के तुम पहली वीडियो जो दसा डिस्क्रिप्शन होता जिते लिखा होंगे ना कि फलानी वीडियो तुम्हें टच करोगे हाथ लाओगे नीचे थोड़ी जी डेफिनेशन खोली आनी तफसील आ जाएगी नीचे उन्हें लिंक मिल जाएगा तुम नवे चैनल का उन्होंने सबसक्राइब करो जिस तरह पंजाबी शौक तो मुफ्तान देंगे सूँ इस तरह ही उन्हें मुफ्तान दो इंशाल्लाह तआला कुछ दिनों तक असं प्रोग्राम बना रहे मैं तो बैद भाई झंग जावे तुम उत्थे जाके उत्थे शौक की वीडियो भी दिखावे तो उस अलावा जो झंग का जो ट्रैवल होएगा अभी कोशिश करेंगे बैद भाई बाइक से चलेंगे बाइक से चलेंगे पूरा वीलॉग ज्यादा वीलॉग उनका पूरा प्रॉपर वीलॉग बनावे जरा आते जाते रस्ते का इंशाल्लाह दोस्तों ने भी इंजॉय करवाएंगे तो नाले आप इंजॉय करा हीर सिटी झंग हाँ जी हीर का हीर दरबार भी दिखा के लिया ठीक है दोस्तों अगर पंजाबी शौक नहीं सबसक्राइब करो वीडियो लाइक शेयर कमेंट जरूर करो दुआएं सानू दोवां वीरां नूं याद रखियो तुहाडे वास्ते बहुत मेहनत कर रहे हैं बहुत काम कर रहे हैं बैद भाई जिदन छुट्टी हुंदी है जनाबे वाली स्पैशल चक्कर लाते हैं कि अरसलान भाई कितने जाना वा शौक दे हवाले नाल की अपडेट आ कोई जानवर लैना देना करना की मसाला की शुगर लैगा असी बैठ के प्लानिंग करके दोस्तों इतने तक पहुंचे है असं बड़े बड़े जानवर रखे असं बूली रखे जर्मन शेफर्ड सारे फर्क कर दिए असं कौन से काम करिए जी रेयर हो रही है जिन्होंने असं थोड़ा जहाँ ना पैदा सेव कर सकी बिल्कुल ठीक है बैद तो ठीक है बैर भाई इजाजत दियो फिर सानू भी दोस्तों भी इंशाल्लाह नवी मिलते हैं एक वीडियो के नाल फिर दोस्तों इजाजत दियो वीरानू लाइक करना है सब्सक्राइब करना है ते शेयर करना बिल्कुल नहीं भूलना दोस्तों बिल्कुल दोस्तों अल्लाह हाफिज़ अल्लाह हाफिज़।